ਜਿੱਥੇ ਅੱਜ ਭਾਰਤ ਤੇ ਪੰਜਾਬ ਦੀਆਂ ਧੀਆਂ ਆਪਣੇ ਦੇਸ਼ ਦਾ ਨਾਂ ਪੂਰੀ ਦੁਨੀਆਂ 'ਚ ਰੋਸ਼ਨ ਕਰ ਰਹੀਆਂ ਨੇ, ਉੱਥੇ ਅੱਜ ਵੀ ਸਾਡੇ ਸਮਾਜ 'ਚ ਕੁਝ ਅਜਿਹੀ ਪਛੜੀ ਸੋਚ ਦੇ ਮਾਲਕ ਨੇ ਜੋ ਲੜਕੀ ਨੂੰ ਸਿਰ ਦਾ ਤਾਜ ਨਹੀਂ ਬਲਕਿ ਬੋਝ ਸਮਝਦੇ ਨੇ। ਅਜਿਹਾ ਇੱਕ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਜਿੱਥੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਨਵਜਾਤ ਬੱਚੀ ਮਿਲੀ ਹੈ। ਦਰਅਸਲ ਅਬੋਹਰ ਪ੍ਰਸ਼ਾਸਨ ਵੱਲੋਂ ਬੇਟੀ ਬਚਾਓ ਮੁਹਿੰਮ ਤਹਿਤ ਸਿਵਲ ਹਸਪਤਾਲ 'ਚ ਇੱਕ ਪਾਲਣਾ ਲਗਾਇਆ ਗਿਆ ਸੀ, ਜਿਸ ਵਿੱਚ ਕੋਈ ਵੀ ਆਪਣੀ ਬੱਚੀ ਜਿਸ ਨੂੰ ਉਹ ਪਾਲ ਨਹੀਂ ਸਕਦੇ ਉਸ ਪਾਲਣੇ ਵਿੱਚ ਰੱਖ ਕੇ ਜਾ ਸਕਦਾ ਹੈ। ਇਸ ਪਾਲਣੇ ਵਿੱਚ ਬੀਤੀ ਰਾਤ ਕੋਈ ਨਵਜਾਤ ਜੰਮੀ ਬੱਚੀ ਨੂੰ ਛੱਡ ਗਿਆ, ਜਿਸ ਨੂੰ ਉੱਥੇ ਖੂਨਦਾਨ ਕਰਵਾਉਣ ਆਏ ਵਿਅਕਤੀ ਵੱਲੋਂ ਬੱਚੀ ਨੂੰ ਦੇਖ ਲਿਆ ਗਿਆ ਅਤੇ ਉਸਦੀ ਸਿਹਤ ਦੀ ਜਾਂਚ ਲਈ ਉਸ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਬੱਚੀ ਨੂੰ ਸ਼ਾਮ ਦੇ ਸਮੇਂ ਦੇਖਿਆ ਗਿਆ, ਜਿਸ ਤੋਂ ਬਾਅਦ ਉਹ ਇਸ ਬੱਚੀ ਨੂੰ ਹਸਪਤਾਲ ਲੈ ਕੇ ਆਏ ਨੇ। ਬਲੱਡ ਦੇ ਰਹੇ ਸੀ, ਬਲੱਡ ਬੈਂਕ 'ਚ ਬਲੱਡ ਦੀ ਸ਼ੋਰਟੇਜ ਹੈ ਔਰ ਸਾਡੇ ਦੋ ਮੇਨ ਮੁੱਖ ਮੈਂਬਰ ਸਾਡੇ ਆਏ ਸੀ, ਬਿਟਨੁੱਲਾ ਜੀ ਹੋਰ ਸਾਥੀ, ਏ ਬੀ ਪੋਜ਼ੀਟਿਵ ਬਲੱਡ ਉਹਨਾਂ ਦਾ, ਉਹ ਪੋਜ਼ੀਟਿਵ ਦੋਨੋਂ ਬਲੱਡ ਹੈ ਨਹੀਂ ਬਿਲਕੁਲ, ਉਹ ਬਲੱਡ ਦੇ ਰਹੇ ਸੀਗੇ। ਇੱਕਦਮ ਬੈਲ ਵੱਜੀ, ਉਹ ਸ਼ਾਮ ਸੁੰਦਰ ਬਲੱਡ ਬੈਂਕ 'ਚ ਜਿਹੜੀ ਡਿਊਟੀ 'ਤੇ ਸੀ ਉਹਨਾਂ ਨੂੰ ਨਾਲ ਲੈ ਕੇ ਅਸੀਂ ਆ ਕੇ ਦੇਖਿਆ ਔਰ ਡਾਕਟਰ ਸਾਹਿਬ ਰਾਮ ਜੀ ਨੂੰ ਕਾਲ ਕੀਤੀ ਔਰ ਅੱਗੇ ਵੇਖਿਆ ਇੱਕ ਬੱਚੀ ਹੈ, ਨਵਜਾਤ ਹੈ ਔਰ ਅੱਗੇ ਦੀ ਕਾਰਵਾਈ ਚੱਲ ਰਹੀ ਹੈ। ਪਾਲਣੇ ਦੇ ਅੰਦਰ ਮਿਲੀਏ ਜਿਹੜਾ ਪਿਛਲੇ ਟਾਈਮ ਸੰਸਥਾ ਵੱਲੋਂ ਪ੍ਰਸ਼ਾਸਨ ਦੇ ਸ਼ੌਕ ਨਾਲ ਲਗਾਇਆ ਗਿਆ ਸੀਗਾ, ਇਹ ਦੂਸਰੀ ਬੱਚੀ ਹੈ ਪਾਲਣੇ 'ਚ। ਇਸ ਬੱਚੀ ਦੀ ਜਾਂਚ ਕਰ ਰਹੇ ਡਾਕਟਰ ਦਾ ਕਹਿਣਾ ਹੈ ਕਿ ਬੱਚੀ 3 ਦਿਨ ਪਹਿਲਾਂ ਹੀ ਪੈਦਾ ਹੋਈ ਹੈ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ। ਜਿਵੇਂ ਦੇਖ ਕੇ ਲੱਗਦਾ ਕਿ 2 ਤੋਂ 3 ਦਿਨ ਦੇ ਵਿਚਾਲੇ ਬੱਚੀ ਹੈਗੀ ਅਤੇ ਗੁੜੀਆ ਹੈਗੀ, ਪੂਰੇ ਸਹੀ ਕੰਬਲ 'ਤੇ ਪੂਰੇ ਇਹਦੇ ਤਰੀਕੇ ਨਾਲ ਛੱਡ ਕੇ ਗਏ ਸੀ ਇੱਥੇ, ਜੋ ਵੀ ਛੋੜ ਕੇ ਗਏ ਆਪ ਔਰ ਬੱਚੀ ਐਕਟਿਵ ਹੈ, ਤੰਦਰੁਸਤ ਹੈ ਔਰ ਹੈਲਦੀ ਹੈ। ਨੈਕਸਟ ਜੋ ਕਾਰਵਾਈ ਹੈ, ਹਮ ਇਸਕੇ ਲਈ ਫੀਡ ਕੀ ਵਿਵਸਥਾ ਕਰ ਰਹੇ ਹੈਂ, ਤੋ ਇਸਕੋ ਫੀਡ ਵਗੈਰਾ ਦੇਖ ਕੇ ਔਰ ਰਾਤ ਰਾਤ ਯਹੀਂ ਰੱਖੇ, ਬਾਕੀ ਇਸ ਦੀਆਂ ਮੈਡਮ ਆਏਗੀ, ਉਸਕੇ ਬਾਅਦ ਜੋ ਵੀ ਕਾਰਵਾਈ ਉਸਕੇ ਅਕੋਰਡਿੰਗ ਆਗੇ ਬੜੇ, ਬੱਚਾ ਹੈਲਦੀ ਹੈ, ਬਿਲਕੁਲ ਠੀਕ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ SDM ਨੇ ਕਿਹਾ ਕਿ ਉਹਨਾਂ ਵੱਲੋਂ ਇਸ ਬੱਚੀ ਦਾ ਨਾਂ ਨਾਦੀਆ ਰੱਖਿਆ ਗਿਆ ਅਤੇ ਇਸ ਬੱਚੀ ਸੰਬੰਧੀ ਪੁਲਿਸ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ। ਦੇਖਿਏ, ਬੱਚੀ ਜੋ ਹੈ ਹਮੇ ਜੋ ਕ੍ਰੈਡਲ ਹੈ ਉਸਮੇ 6:45 ਕੇ ਤਕਰੀਬਨ ਆਂਚ ਮਿਲੀ ਹੈ ਔਰ ਬੱਚੀ ਕਾ ਜੋ ਹੈ ਡਾਕਟਰ ਸਾਹਿਬ ਰਾਮ ਜੋ ਯਹਾਂ ਪੇ ਪਾਈਡੀਸ਼ੀਅਨ ਹੈ ਉਹਨਾਂ ਨੇ ਚੈੱਕ ਕੀਆ ਹੈ, ਉਹ ਬਿਲਕੁਲ ਹੈਲਦੀ ਹੈ ਔਰ ਸਿਹਤਮੰਦ ਬੱਚੀ ਹੈ। ਤੋ ਮੈਂ ਸਿਰਫ ਯਹੀ ਇਸ ਬਾਰ ਤੋਂ ਜੋ ਹੈ ਜ਼ਿਲ੍ਹਾ ਪ੍ਰਸ਼ਾਸਨ ਕੀ ਤਰਫ ਸੇ ਬੱਚੀ ਕੋ ਜੋ ਹੈ ਵੈਲਕਮ ਕਰਨੇ ਆਏ ਹੈ ਔਰ ਦੇਖੀਏ ਬਾਤ ਤੋਂ ਬਹੁਤ ਬੜਾ ਇਸ਼ੂ ਜੋ ਹੈ ਉਸਸੇ ਜੁੜੀ ਹੋਈ ਬਾਤ ਹੈ ਲੇਕਿਨ ਸਭਸੇ ਉੱਪਰ ਜੋ ਹੈ ਬੱਚਾ ਹੈ ਔਰ ਬੱਚੇ ਕੀ ਜੋ ਸਿਹਤ ਹੈ ਵੋ ਹੈ, ਤੋ ਬੱਚਾ ਬਿਲਕੁਲ ਤੰਦਰੁਸਤ ਹੈ, ਠੀਕ ਠਾਕ ਹੈ। ਇਸ ਬੱਚੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ DSP ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਲਣਾ ਬੱਚੀਆਂ ਦੀ ਜਾਨ ਬਚਾਉਣ ਲਈ ਬਣਾਇਆ ਗਿਆ ਅਤੇ ਇਹ ਇਸ ਪਾਲਣੇ ਵਿੱਚ ਮਿਲਣ ਵਾਲੀ ਦੂਸਰੀ ਬੱਚੀ ਹੈ। ਜਿਹੜੀ ਸਕੀਮ ਹੈਗੀ ਹੈ ਆਪਣੇ ਪੰਗੂੜਾ, ਉਸ 'ਚ ਇਹ ਬੱਚੀ ਕੋਈ ਆਪਣੀ ਇੱਥੇ ਰੱਖ ਕੇ ਗਿਆ ਥੋੜ੍ਹੀ ਅੱਧਾ ਘੰਟਾ ਪਹਿਲਾਂ, ਅਤੇ ਉਹ ਪੰਗੂੜੇ 'ਤੇ ਸ਼ਿਫਟ ਕਰਕੇ ਡਾਕਟਰ ਸਾਹਿਬ ਵੀ ਆ ਗਏ, ਡਾਕਟਰ ਸਾਹਿਬ ਨੇ ਇਹਨੂੰ ਇੱਥੇ ਜਿਹੜੀ ਆਪਣਾ ਬੱਚਿਆਂ ਦਾ ਵਾਰਡ ਉੱਥੇ ਸ਼ਿਫਟ ਕੀਤਾ। ਬੱਚੀ ਬਿਲਕੁਲ ਰਿਸ਼ਟ ਪੁਸ਼ਟ ਹੈ ਅਤੇ ਇਹਨੂੰ ਪ੍ਰੋਪਰ ਇਹਦਾ ਇਲਾਜ ਕਰਕੇ ਜੋ ਇਹਦੀ ਨੈਕਸਟ ਪ੍ਰੋਸੀਡਿੰਗ ਹੈ ਉਸ ਨੂੰ ਵਿੱਚ ਲੈ ਕੇ ਆਵਾਂ। ਜਦ ਤੋਂ ਇਹ ਪੰਗੂੜਾ ਸਕੀਮ ਲਾਗੂ ਹੋਈ ਹੈ 2nd baby ਹੈ, ਇਹ 2nd ਲੜਕੀ ਹੈ ਜਿਹੜੀ ਕਿ ਪੰਗੂੜੇ 'ਚ ਉੱਥੇ ਕੋਈ ਛੱਡ ਕੇ ਗਿਆ ਸੀ। ਦੇਖੋ ਦੋਨੋਂ ਹੀ ਗੱਲਾਂ ਨੇ, ਮੈਨੂੰ ਖੁਸ਼ੀ ਵੀ ਹੈ ਇਸ ਗੱਲ ਦੀ ਵੀ ਇੱਕ ਬੱਚੇ ਦੀ ਜਾਨ ਬਚ ਗਈ, ਇੱਕ ਬੱਚਾ ਕਿਤੇ ਹੋਰ ਥਾਂ 'ਤੇ ਗਲਤ ਥਾਂ 'ਤੇ ਜਾਂਦਾ, ਕੋਈ ਬੱਚਾ ਸਿੱਟ ਜਾਂਦੇ ਆ, ਇਸ ਗੱਲ ਦੀ ਖੁਸ਼ੀ ਵੀ ਇੱਕ ਬੱਚੇ ਦੀ ਜਾਨ ਬਚ ਗਈ। ਪ੍ਰੋਪਰ ਲੀਗਲ ਅਡੋਪਸ਼ਨ ਲਈ ਗੌਰਮੈਂਟ ਦੀ ਪਲਾਨ ਹੁੰਦੀ ਹੈ, ਉਹ ਲੀਗਲ ਅਡੋਪਸ਼ਨ ਲਈ ਇਹ ਬੱਚਾ ਅਵੇਲੇਬਲ ਹੈ, ਜਦੋਂ ਰਿਸ਼ਟ ਪੁਸ਼ਟ ਹੋ ਜਾਏਗਾ ਇਹਨੂੰ ਲੀਗਲ ਅਡੋਪਸ਼ਨ ਲਈ ਭੇਜ ਦਾਂਗੇ। ਲੇਕਿਨ ਇਸ ਗੱਲ ਦਾ ਦੁੱਖ ਵੀ ਹੈ ਥੋੜ੍ਹਾ ਜਿਹਾ,
ਵੀ ਇਸ ਤਰ੍ਹਾਂ ਦੇ ਹਾਲਾਤ ਆਪਣੇ ਸਮਾਜ 'ਚ ਨੇ ਕਿ ਕੋਈ ਬੱਚਾ ਇਸ ਤਰ੍ਹਾਂ ਮਾਂ ਬਾਪ ਆਪਣਾ ਬੱਚਾ ਇੱਦਾਂ ਛੱਡ ਕੇ ਚਲੇ ਜਾਂਦੇ, ਬਟ ਸਟਿਲ ਅਸੀਂ ਲੋਕਾਂ ਨੂੰ ਇਨਕਰੇਜ ਕਰਦੇ ਹਾਂ ਕਿ ਬੱਚਿਆਂ ਦੀ ਵੈਲਬੀਂਗ ਲਈ ਜੇ ਤੁਸੀਂ ਨਹੀਂ ਰੱਖ ਸਕਦੇ ਕਿਹਨਾਂ ਵੀ ਹਾਲਾਤਾਂ 'ਚ, ਇਹਦੇ 'ਚ ਕੋਈ ਕੁਐਸਚਨ ਨਹੀਂ, ਕੋਈ ਇਨਕੁਆਇਰੀ ਨਹੀਂ ਆਪਣਾ, ਪਲੀਜ਼ ਬੱਚਾ ਇੱਥੇ ਰੱਖ ਕੇ ਜਾਓ, ਬੱਚੇ ਨੂੰ ਨੁਕਸਾਨ ਨਾ ਕਰੋ, ਬੱਚਾ ਰੱਖ ਕੇ ਜਾਓ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। For more news updates and entertainment videos, please subscribe our channel. For all latest notification, don't forget to press the bell icon.